goal keeper Savita Poonia, who's now being hailed as the new Savita Poonia. ਜਿਸ 'ਤੇ ਮਾਣ ਹੈ ਪੂਰੇ ਭਾਰਤ ਨੂੰ। ਸਵਿਤਾ ਪੂਨੀਆ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਗੋਲਕੀਪਰ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਯੂਧਕਨ ਵਿੱਚ ਉਸਦਾ ਜਨਮ ਹੋਇਆ। 1990 ਵਿੱਚ ਜਨਮ ਹੋਇਆ ਅਤੇ ਹੁਣ ਉਹ 31 ਸਾਲ ਦੀ ਹੈ। ਨੀਦਰਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਵੀ ਸਵਿਤਾ ਪੂਨੀਆ ਹੀ ਕਰਨਗੇ। 2017 ਵਿੱਚ ਹੋਏ ਏਸ਼ੀਆ ਕੱਪ ਦੇ ਫਾਈਨਲ ਵਿੱਚ ਚੀਨ ਦੀ ਦੀਵਾਰ ਨੂੰ ਢਾਉਣ ਵਿੱਚ ਸਭ ਤੋਂ ਅਹਿਮ ਯੋਗਦਾਨ ਸਵਿਤਾ ਪੂਨੀਆ ਦਾ ਹੀ ਰਿਹਾ ਸੀ। ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ ਚੀਨ ਨੂੰ 5-4 ਨਾਲ ਮਾਤ ਦੇਣ ਵਿੱਚ ਕਾਮਯਾਬ ਹੋਇਆ ਸੀ ਅਤੇ ਇਹ ਜਿੱਤ ਨਾਲ ਭਾਰਤ 13 ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤਿਆ ਸੀ। ਇਸ ਜਿੱਤ ਦੇ ਨਾਲ ਹੀ 2018 ਦੇ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕੀਤਾ। ਇਸ ਜਿੱਤ ਨਾਲ ਸਵਿਤਾ ਨੂੰ ਇੱਕ ਵੱਖਰੀ ਪਹਿਚਾਣ ਮਿਲੀ, ਪਰ ਇਸ ਕਾਮਯਾਬੀ ਲਈ ਉਹਨਾਂ ਨੇ ਆਪਣਾ ਸਾਰਾ ਕੁਝ ਆਪਣੇ ਦਾਦਾ ਜੀ ਨੂੰ ਸਮਰਪਿਤ ਕੀਤਾ। ਸਵਿਤਾ ਦੇ ਦਾਦਾ ਮਹਿੰਦਰ ਸਿੰਘ ਇੱਕ ਆਮ ਪਰਿਵਾਰ 'ਚੋਂ ਆਮ ਇਨਸਾਨ। ਹਰਿਆਣਾ ਵਿੱਚ ਉਸ ਟਾਈਮ ਇਸ ਉਮਰ ਦੇ ਲੋਕ ਕਾਫ਼ੀ ਪਛੜੀ ਸੋਚ ਵਾਲੇ ਮੰਨਿਆ ਜਾਂਦਾ ਸੀ। ਮਹਿੰਦਰ ਸਿੰਘ ਬਿਲਕੁਲ ਅਨਪੜ੍ਹ ਸੀ, ਪਰ ਸੋਚ ਪੱਖੋਂ ਆਪਣੇ ਨਾਲਦਿਆਂ ਨਾਲੋਂ ਬਹੁਤ ਵੱਖਰਾ ਸੀ। ਉਸ ਨੇ ਸਵਿਤਾ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਪੂਰੀ ਆਜ਼ਾਦੀ ਦਿੱਤੀ। ਸਵਿਤਾ ਨੂੰ ਕੋਈ ਸ਼ੌਂਕ ਨਹੀਂ ਸੀ, ਇਹ ਸ਼ੌਂਕ ਵੀ ਉਹਨਾਂ ਦੇ ਦਾਦਾ ਜੀ ਨੇ ਹੀ ਪੈਦਾ ਕੀਤਾ, ਜਿਸ ਨੂੰ ਹੁਣ ਸਾਰੀ ਦੁਨੀਆ ਵੇਖਦੀ ਹੈ। ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ, ਪਰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾਦਾ ਜੀ ਨੇ ਪੂਨੀਆ ਦੇ ਕਰੀਅਰ ਅੱਗੇ ਨਹੀਂ ਆਉਣ ਦਿੱਤੀ। ਉਹਨਾਂ ਨੇ ਆਪਣੀ ਪੋਤੀ ਦਾ ਹਰਿਆਣਾ ਦੇ ਹਿਸਾਰ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਅਕੈਡਮੀ ਵਿੱਚ ਦਾਖਲਾ ਕਰਾਇਆ। ਫਿਰ ਸਵਿਤਾ ਪੂਨੀਆ ਦੇ ਕੋਚ ਸੁੰਦਰ ਸਿੰਘ ਪੂਨੀਆ ਨੇ ਕੱਦ ਨੂੰ ਦੇਖਦੇ ਹੋਏ ਗੋਲਕੀਪਰ ਬਣਨ ਦਾ ਸੁਝਾਅ ਦਿੱਤਾ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।